ਸਾਡੀ ਖੁਸ਼ਕਿਸਮਤੀ ਅਸੀਂ ਤੁਹਾਡੇ ਨਾਲ ਬੈਠੇ ਹਾਂ, ਨਹੀਂ ਤਾਂ ਜਿੰਨੀ ਸਮੈਲ ਆ ਰਹੀ ਤੁਹਾਡੇ ਬੱਚੇ ਨਹੀਂ ਬੈਠ ਸਕਦੇ। ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਡੇਲੀ ਪਾਕਿਸਤਾਨ, ਮੈਂ ਹਾਂ ਤੁਹਾਡਾ ਹੋਸਟ ਅਤੇ ਤੁਹਾਡਾ ਦੋਸਤ ਸ਼ੌਕੀ ਪ੍ਰਾਉਣਾ। ਨਾਜ਼ਰੀਨ, ਅੱਜ ਅਸੀਂ ਤੁਹਾਡੀ ਮੁਲਾਕਾਤ ਐਸੇ ਫਨਕਾਰ ਨਾਲ ਕਰਾ ਰਹੇ ਹਾਂ, ਲਫ਼ਜ਼ੇ ਫਨਕਾਰ ਬਹੁਤ ਛੋਟਾ ਹੈ ਔਰ ਉਹ ਇਨਸਾਨ ਔਰ ਫਨਕਾਰ ਬਹੁਤ ਵੱਡਾ ਹੈ। ਨਾਜ਼ਰੀਨ, ਪੰਜਾਬ ਦਾ ਸਟੇਜ, ਜੁਗਤ ਦਾ ਸਟੇਜ ਉਹਨਾਂ ਤੋਂ ਬਗੈਰ ਨਾ ਮੁਕੰਮਲ ਵੀ ਹੈ ਅਤੇ ਅਧੂਰਾ ਵੀ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ, ਬੜਾ ਵੱਡਾ ਸਰਪ੍ਰਾਈਜ਼ ਹੈ। ਸਟੇਜ ਕੀ ਜਾਨ, ਫਖਰੇ ਪਾਕਿਸਤਾਨ, ਕਿੰਗ ਆਫ ਦਾ ਕਾਮੇਡੀਅਨ ਅਮਾਨੁੱਲਾ ਖਾਨ, ਅੱਜ ਅਸੀਂ ਆਏ ਉਹਨਾਂ ਦੇ ਘਰ, ਆਓ ਮੇਰੇ ਨਾਲ। ਜੀ ਨਾਜ਼ਰੀਨ, ਤਾਂ ਸਾਡੀ ਬਹੁਤ ਖੁਸ਼ਕਿਸਮਤੀ ਹੈ, ਅੱਜ ਅਸੀਂ ਅਮਾਨੁੱਲਾ ਸਾਹਿਬ ਦੇ ਨਾਲ ਬੈਠੇ ਹਾਂ। ਜੀ ਖਾਨ ਸਾਹਿਬ, ਸਲਾਮ ਅਲੈਕੁਮ। ਅਸਲਾਮ ਅਲੈਕੁਮ ਸ਼ੌਕੀ ਪ੍ਰਾਹੁਣਾ ਸਾਹਿਬ, ਕੀ ਹਾਲ ਜਨਾਬ? ਜੀ ਵਾਲੇਕੁਮ ਸਲਾਮ, ਸ਼ੁਕਰ ਅੱਲਾ ਪਾਕ ਦਾ। ਖਾਨ ਸਾਹਿਬ, ਤੁਸੀਂ ਸੁਣਾਓ, ਤਬੀਅਤ ਦਾ ਕੀ ਹਾਲ ਜੀ? ਅੱਜ ਤਾਂ ਬੁਲਾਓ, ਖੀਸੇ ਕੱਟ ਕੇ ਆਏ ਜਨਾਬ, ਕੀ ਹਾਲ ਹੈ? ਖਾਨ ਸਾਹਿਬ, ਬੜੀ ਸਾਡੀ ਕਰਾਈਏ, ਪਾਸਪੋਰਟ ਦੀ ਫੋਟੋ ਲੱਗਣ ਡੇ, ਕਿਆ ਬਾਤ ਹੈ, ਤੁਹਾਨੂੰ ਕਲੀਨ ਸ਼ੇਵ ਕਰਾਈਏ ਹੈ, ਦੇਖ ਲਓ ਤੁਸੀਂ ਕੱਖ ਵੀ ਨਹੀਂ ਕੀਤਾ ਅਤੇ ਬੀਏ ਲੱਗਣ ਡੇ ਕਿ ਬੀਏ ਕੀਤਾ। ਸ਼ੌਕੀ ਪ੍ਰਾਹੁਣਾ ਸਾਹਿਬ ਦਾ ਪ੍ਰੋਗਰਾਮ ਬੜਾ ਅੱਛਾ। ਉਹ ਜ਼ੁਲਫਕਾਰ ਸਾਹਿਬ, ਕੀ ਹਾਲ ਜਨਾਬ? ਉਸਤਾਦ ਜੀ, ਅਸਲਾਮ ਅਲੈਕੁਮ। ਹਾਂ, ਨਿਰਾਲਾ ਚੰਦ ਸਾਹਿਬ, ਸਾਜੀ ਕੀ ਹਾਲ? ਇੱਡੇ ਬੜੀ ਵੱਡੇ ਵੱਡੇ ਫਨਕਾਰ ਨਾਲ ਲਈ, ਫਿਰ ਮੈਂ ਕਿਹਾ ਲੈ ਜੀ ਇਸ ਲਈ ਖੋ ਕੇ। ਹਾਂ ਸਾਹਿਬ, ਸਭ ਤੋਂ ਵੱਡੇ ਫਨਕਾਰ ਤਾਂ ਤੁਸੀਂ ਹੋ ਔਰ ਸਾਡੀ ਖੁਸ਼ਕਿਸਮਤੀ ਕਿ ਅਸੀਂ ਤੁਹਾਡੇ ਨਾਲ ਬੈਠੇ ਹਾਂ, ਨਹੀਂ ਤਾਂ ਜਿੰਨੀ ਸਮੈਲ ਆ ਰਹੀ ਤੁਹਾਡੇ ਬੱਚੇ ਨਹੀਂ ਬੈਠ ਸਕਦੇ। ਇਹ ਖਾਨ ਸਾਹਿਬ, ਅੱਜ ਦੇ ਫਨਕਾਰ ਨੇ, ਤੁਸੀਂ ਤਾਂ ਵੱਡੇ ਜਗਤ ਉਸਤਾਦ ਹੋ। ਹਾਂ, ਮੈਨੂੰ ਕੀ 250 ਸਾਲ ਹੋ ਗਿਆ ਇਹ ਨੂੰ। ਤੁਸੀਂ ਤਾਂ ਮਾਸ਼ਾਅੱਲਾ ਉਸ ਦੌਰ ਦੇ ਹੋ ਜਦੋਂ ਚਪੇੜਾਂ ਨਾਲ ਜੰਗਾਂ ਹੁੰਦੀਆਂ ਸਨ। ਖਾਨ ਸਾਹਿਬ ਦੀ ਸ਼ਕਲ ਮਾਸ਼ਾਅੱਲਾ ਇੰਝ ਦੀ ਹੋ ਗਈ, ਹੁਣ ਡਿੱਗੀ ਮੱਛਰ ਆਪਣੇ ਬੱਚਿਆਂ ਨੂੰ ਕਹਿੰਦਾ ਉੱਧਰ ਨਾ ਜਾਣਾ, ਉੱਧਰ ਮਾਨ ਸਾਹਿਬ ਲੜ ਰਹੇ ਜੇ। ਹੋਰ ਸੁਣਾਓ ਬਾਜੀ, ਵਾਹ, ਵੈਰੀ ਗੁੱਡ, ਅੱਜ ਕਿੱਧਰ ਆ ਗਏ ਤੁਸੀਂ? ਵੈਰੀ ਗੁੱਡ, ਅੱਜ ਸਾਡਾ ਦਿਲ ਕਰ ਰਿਹਾ ਸੀ, ਅੱਲਾ ਨੇ ਤੁਹਾਨੂੰ ਤੰਦਰੁਸਤੀ ਦਿੱਤੀ ਹੈ, ਤੁਹਾਨੂੰ ਸਲਾਮ ਕਰੀਏ ਜਾ ਕੇ ਮਾਨ ਸਾਹਿਬ। ਮਿਹਰਬਾਨੀ ਯਾਰ, ਬਹੁਤ ਅੱਛੇ ਹੋ ਗਏ, ਬਹੁਤ ਚੰਗਾ ਹੋ ਗਿਆ। ਕੀ ਖਾਣਾ ਪੀਣਾ ਕੀ ਅਤੇ ਹੋਰ ਸੁਣਾਓ, ਕੀ ਹੋ ਰਿਹਾ ਫੀਲਡ 'ਚ? ਖਾਨ ਸਾਹਿਬ, ਜੋ ਵੀ ਖਵਾਉਣਾ ਪਲੀਜ਼ ਤੁਸੀਂ ਨਹੀਂ ਹੱਥ ਲਾਉਣਾ, ਫਿਰ ਸਾਡਾ ਦਿਲ ਨਹੀਂ ਕਰਨਾ। ਮੈਂ ਖਾਵਾਂਗਾ ਅਤੇ ਹੱਥ ਲਾਵਾਂਗਾ ਨਾ, ਮੈਂ ਪੁੱਛਣ ਕੁਛ ਨਹੀਂ ਦਿੰਦਾ, ਤੁਹਾਨੂੰ ਕੁਛ ਨਹੀਂ ਹੁੰਦਾ, ਮੈਂ ਖਵਾਉਂਦਾ ਵੀ ਕੁਛ ਨਹੀਂ ਹੁੰਦਾ। ਨਹੀਂ, ਨਾਲੇ ਤੁਸੀਂ ਤਾਂ ਆਪ ਹਰ ਸ਼ਾਇ ਫ੍ਰੀ ਖਾਂਦੇ ਨੇ, ਬਾਜ਼ਾਰ ਜਾਂਦੇ ਨੇ, ਜਿਹੜੀ ਸ਼ਾਇ ਨੂੰ ਹੱਥ ਲਾਉਂਦੇ ਨੇ ਕਹਿੰਦੇ ਮਾਨ ਸਾਹਿਬ ਜਿਹਨੂੰ ਹੱਥ ਲਾਇਆ ਚੁੱਕੋ ਅਤੇ ਨਿਕਲੋ। ਜੀ ਹੁਸਨ ਦੱਸ ਰਿਹਾ ਜੋ ਖਾਂਦੇ ਪੀਂਦੇ ਨੇ। ਜੀ ਜ਼ੁਲਫਕਾਰ ਸਾਹਿਬ, ਅੱਜ ਤੁਹਾਨੂੰ ਮਜ਼ਾ ਆ ਰਿਹਾ, ਤੁਹਾਨੂੰ ਖਾਨ ਸਾਹਿਬ ਦੇ ਕੋਲ ਬਿਠਾਇਆ? ਬਸ ਜੀ, ਮਜ਼ਾ ਤਾਂ ਆ ਰਿਹਾ, ਲੇਕਿਨ ਨਾਲ ਮੈਨੂੰ ਸਮੈਲ ਵੀ ਆ ਰਹੀ ਹੈ। ਮਾਸ਼ਾਅੱਲਾ, ਖਾਨ ਸਾਹਿਬ ਦੀ ਸ਼ਕਲ, ਕੈਬ ਕੂਪ, ਲੱਗਦਾ ਨਹੀਂ ਜੈਕੀ ਚੰਦ ਦੇ ਘਰ ਦਾ ਪਰਾਉਣਾ ਹੈ। ਇੱਡੀਆਂ ਮੁਸ਼ਕਿਲ ਗੱਲਾਂ ਕਰਨ ਲੱਗ ਪਏ। ਜੀ ਮਾਨ ਸਾਹਿਬ, ਅਸੀਂ ਤੁਹਾਡੇ ਨਾਲ ਇਹ ਅਰਜ਼ ਕਰਨੀ ਸੀ ਕਿ ਪੰਜਾਬ ਦਾ ਜਿਹੜਾ ਸਟੇਜ ਹੈ, ਜੁਗਤ ਦਾ ਸਟੇਜ ਹੈ, ਉਹ ਤੁਹਾਡੇ ਤੋਂ ਬਗੈਰ ਬਿਲਕੁਲ ਅਧੂਰਾ ਹੈ, ਤੁਹਾਡੇ ਤੋਂ ਬਗੈਰ ਨਾ ਮੁਕੰਮਲ ਹੈ। ਤੁਸੀਂ ਬਹੁਤ ਕੰਮ ਕੀਤਾ, ਇੰਨਾ ਕੁ ਕੰਮ ਕੀਤਾ ਕਿ ਲੱਖਾਂ ਕਰੋੜਾਂ ਲੋਕ ਤੁਹਾਡੀਆਂ ਗੱਲਾਂ ਕਰਕੇ ਅਤੇ ਆਪਣੇ ਆਪਣਾ ਕਿਚਨ ਚਲਾ ਰਹੇ ਨੇ। ਬਸ ਜੀ, ਉਹ ਇੱਕ ਆਈਡੀਆ ਹੁੰਦਾ ਨਾ, ਕਿ ਕਿਸੇ ਵੀ ਕੰਮ ਦਾ ਕੋਈ ਆਈਡੀਆ, ਉਹ ਕਿਸੇ ਦਾ ਵੀ ਇਸਤੇਮਾਲ ਹੋ ਸਕਦਾ। ਜੀ, ਉਹ ਮੇਰੇ 'ਤੇ ਅੱਲਾ ਨੇ ਰਹਿਮਤ ਕਰਤੀ ਕਿ ਮੇਰੇ ਆਈਡੀਏ ਲੋਕ ਇਸਤੇਮਾਲ ਕਰਦੇ, ਮੇਰੇ ਭੈਣ ਭਰਾ ਦੋਸਤ ਯਾਰ ਮੇਰੇ, ਵੈਰੀ ਗੁੱਡ ਹੋ ਗਿਆ ਕੰਮ। ਮਾਨੁੱਲਾ ਸਾਹਿਬ, ਅੱਜ ਕੱਲ੍ਹ ਬਾਰਡਰ ਤੋਂ ਪਾਰ ਸਾਡੇ ਸਿੱਖ ਭਰਾ ਵੀ ਬਹੁਤ ਅੱਛੀਆਂ ਫਿਲਮਾਂ ਕਰ ਰਹੇ ਨੇ ਔਰ ਬੜਾ ਮਜ਼ੇਦਾਰ ਕੰਮ ਕਰ ਰਹੇ ਨੇ, ਜਿਨ੍ਹਾਂ 'ਚ ਸਰਫਰਿਸ਼ ਗੁਰਪ੍ਰੀਤ ਘੁੱਗੀ ਸਾਹਿਬ ਨੇ, ਉਹਨਾਂ ਦੀ ਖਾਸ ਉਹਨਾਂ 'ਚ ਕੁਆਲਿਟੀ ਕਿ ਉਹਨਾਂ ਦੀ ਗੱਲ ਉਸਤਾਦਾਂ ਵਾਲੀ ਹੁੰਦੀ ਹੈ, ਬਾਕੀ ਕੌਮੇਡੀ ਇਹਨਾਂ ਦੀ ਗੱਲ ਕਾਰੀਗਰਾਂ ਵਾਲੀ ਹੁੰਦੀ ਹੈ। ਦੇਖੋ ਜੀ, ਸ਼ੌਕੀ ਪ੍ਰਾਹੁਣਾ ਸਾਹਿਬ ਜੀ, ਕੁਛ ਲੱਕੀ ਲੋਕ ਹੁੰਦੇ ਨੇ ਜਿਵੇਂ ਅਲਬੇਲਾ ਸਾਹਿਬ, ਅੱਜ ਹੀ ਲੋਕ ਪਿਆਰ ਕਰਦੇ। ਜੀ ਜੀ, ਸ਼ੌਕੀ ਖਾਨ ਸਾਹਿਬ ਜਿਹੜੇ ਤੁਹਾਡੇ ਉਸਤਾਦ ਗੁਰੂ ਸਨ ਜੀ, ਮੇਰੇ ਉਸਤਾਦ ਜੀ ਨੇ, ਮੈਂ ਉਹਨਾਂ ਦਾ ਗੰਡਾ ਬਨ ਸ਼ਗਿਰਦ ਹਾਂ। ਉਹ ਕਹਿਣ ਡਿਆ ਨਹੀਂ, ਤੈਨੂੰ ਤਾਂ ਬੇਸਬਰ ਆਈ ਹੋ ਗਈ। ਸ਼ੌਕੀ ਖਾਨ, ਆਬਦ ਖਾਨ, ਬੱਬੂ ਬਰਾਲ, ਮਸਤਾਨਾ ਸਾਹਿਬ ਜੀ, ਅਲਬੇਲਾ ਸਾਹਿਬ, ਹਾਂਜੀ, ਆਬਦ ਖਾਨ ਸਾਹਿਬ, ਐਸੇ ਲੋਕ ਪੈਦਾ ਨਹੀਂ ਹੋਣੇ ਕਿ ਫੌਤ ਵੀ ਹੋ ਗਏ ਨੇ, ਹਾਂਜੀ, ਅਤੇ ਅੱਜ ਵੀ ਲੋਕ ਉਹਦਾ ਉਹਨਾਂ ਦਾ ਪ੍ਰਚਾਰ, ਉਹਨਾਂ ਦੀ ਨਾਮ ਲੈਂਦੇ ਨੇ। ਜੀ ਜੀ ਜੀ, ਬਿਲਕੁਲ ਐਸਾ ਹੀ ਹੈ, ਖੁਸ਼ ਹੁੰਦੇ ਨੇ। ਕੀ ਖਿਆਲ ਹੈ? ਔਰ ਆਬਦ ਖਾਨ ਸਾਹਿਬ ਦੇ ਭਾਈ ਸ਼ਾਹਿਦ ਖਾਨ ਸਾਹਿਬ ਵੀ ਅੱਜ ਕੱਲ੍ਹ ਸੁਪਰ ਸਟਾਰ ਨੇ ਥੀਏਟਰ ਦੇ। ਯਾਰ, ਸ਼ਾਹਿਦ ਖਾਨ ਤਾਂ ਬੱਚਿਆਂ 'ਚ ਆਉਂਦਾ ਨਾ, ਜੂਨੀਅਰ ਨਾ, ਮੈਂ ਪੱਕਿਆਂ ਲੋਕਾਂ ਦੀ ਗੱਲ ਕਰਾਂ, ਜਿਵੇਂ ਘੁੱਗੀ ਸਾਹਿਬ ਨੇ, ਗੁਰਪ੍ਰੀਤ ਘੁੱਗੀ, ਜੀ ਜੀ ਜੀ, ਹੋਰ ਲੋਕ ਨੇ, ਉਹਨਾਂ ਦੇ ਮੈਨੂੰ ਨਾਂ ਨਹੀਂ ਆਉਂਦੇ, ਸਾਰੇ ਬੜੇ ਅੱਛੇ ਨੇ। ਇਹ ਲਗਨ ਸ਼ੌਕ ਦੀ ਗੱਲ ਹੈਗੀ, ਤੁਸੀਂ ਜਿਹੜਾ ਕੰਮ ਵੀ ਸ਼ੌਕ ਨਾਲ ਕਰੋਗੇ ਅੱਛਾ ਹੀ ਕਰੋਗੇ। ਉਹ ਕਹਿ ਰਹੇ ਨੇ ਕਿ ਅਦਬ ਦੀ ਗੱਲ ਹੈ, ਜਿਹਨੇ ਅਦਬ ਕੀਤਾ ਉਹਨੇ ਹੀ ਕੁਛ ਲੈ ਲਿਆ। ਜਿਹਨੇ ਕੱਖ ਨਹੀਂ ਇਸ ਕੰਮ ਨੂੰ ਸਮਝਿਆ ਅਤੇ ਪੈਸੇ ਪੂਸੇ ਵੀ ਖਾ ਰਹੇ, ਸ਼ੌਕ ਹੀ ਕੀਤੀ, ਜਿਹੜਾ ਆਪਣੇ ਨੂੰ ਬੜਾ ਕਾਬਲ ਸਮਝਦਾ, ਉਹ ਕੋਈ ਪੱਕਾ ਕੰਮ ਨਹੀਂ ਹੁੰਦਾ। ਉਹ ਤਰੀਫ ਸਾਹਿਬ, ਆਪਣੇ ਵਾਲਦ ਦੀ, ਆਪਣੇ ਵੱਡੇ ਭਰਾ ਦੀ, ਛੋਟੀਆਂ ਭਰਾਵਾਂ ਦੀ ਇੰਨੀ ਇੱਜ਼ਤ ਔਰ ਖਿਦਮਤ ਕਰਦੇ ਸਨ ਮੁਨਵਰ ਸ਼ਰੀਫ ਸਾਹਿਬ, ਕਿ ਅੱਜ ਵੀ ਲੋਕ ਉਹਨਾਂ ਨੂੰ ਬੜੀ ਇੱਜ਼ਤ ਨਾਲ ਦੇਖਦੇ ਨੇ। ਕੀ ਬਾਤ ਹੈ ਜੀ, ਮੁਨਵਰ ਸਾਹਿਬ ਵਰਗਾ ਹੈ ਹੀ ਕੋਈ ਨਹੀਂ। ਰੰਗੀਲਾ ਸਾਹਿਬ, ਲਹਿਰੀ ਸਾਹਿਬ, ਜਿੰਨੇ ਵੀ ਆ ਲੋਕ, ਮਜ਼ਹਰ ਸ਼ਾਹ ਸਾਹਿਬ, ਅਕਮਲ ਖਾਨ ਸਾਹਿਬ, ਜਿੰਨੇ ਵੀ ਆ ਲੋਕ ਹੋਏ ਨੇ, ਸੁਲਤਾਨ ਰਾਏ ਸਾਹਿਬ, ਇਰਫਾਨ ਖੂਸਰ ਸਾਹਿਬ, ਜਿੰਨੇ ਵੀ ਪੱਕੇ ਪੱਕੇ ਲੋਕ ਹੋਏ ਨੇ, ਅਲਬੇਲਾ ਸਾਹਿਬ, ਮਹਿਦੀ ਹਸਨ ਸਾਹਿਬ, ਕੀ ਬਾਤ ਹੈ, ਮਹਿਦੀ ਹਸਨ ਸਾਹਿਬ ਦੇ ਮੂੰਹ 'ਚ ਮੈਂ ਨਹੀਂ ਕਿਸੇ ਗਵੱਈਏ ਦੀ ਬੁਰਾਈ ਸੁਣੀ। ਵਾਹ, ਪੁਰਾਣੇ ਦੀ ਨਵੀਂ ਵੀ ਉਹ ਕਿਆ ਹੈ,
ये क्या है, वो क्या गाता है। हाँ, गाने दिए उन्होंने, ये क्या के वो जो गाना था, वो गाना जो था उस दौर पुराना हो गया, उसका अंदाज घिसा पिटा है, नई बात करो, नई तरह करो, नया गाना गाओ। उन्होंने कभी नहीं कहा कि हम उस्ताद हैं, हमारा फलाना वो है, हम फलाने लाड़ी अड्डे के रहने वाले हैं। उन्होंने मैं साहब जी मैं एक बात कर रहा हूँ, मतलब जेड़ा ना वो बड़ी चीज होती है। ये मान साहब असी ते लोग थे, मान साहब जिन लोगों का आपने नाम लिया सब बाबरकत, सलीम रजा साहब, मुनीर सैन साहब, नेशनल भट्टी साहब, लाला आलमवार साहब, क्या बात। और अमान साहब अज दा जेड़ा स्टेज हो रहा, स्टेज प्ले जिन्हों असीं कहने हां, अगर उहदे च तुहाडियां आइटमां जां तुहाडियां गल्लां कढ दित्तियां जाण ते ड्रामा ना मुकम्मल नहीं हैगा। देखो जी, चीज़ हैगी कि मेरे नज़दीक मेरे उस्तादां दी जिहड़ी मैनूं तरबियत सी ना, काम वो है, ड्रामा हो चाहे गाना बजाना हो, जिसमें मैनरिज्म है। वाह, सियाने नहीं बुजुर्ग उठ के खलो, इधर आ, तेनू किसी ने मत नहीं दी है, किन्ना कोल बैंदा रहा तू, क्या बात है। फनकार वो होता है जो मत, फनकार में और बदकार में फर्क होता है। फनकार में, फनकार ते साडे सामने ने, बदकार मेरे नाल है। तेरा हौसला है ना, तू नाल ले फिरने, हाँ तेरे नालों अच्छा बदकार कौन है। और खास गौर ने देखो, धुपे मरूदर की शक्ल है मुंडे दी, बंदे खरबूजियां दी रेडी देख लो के खरबूजियां नाल लड़दे ने। ओके भाई, इट्टां नहीं मारदे, रोड़े नहीं मारदे, खरबूजे चुक चुक मारदे, और मारदे ने अपने घर ने ते बच्चे खान दे। आ मैं तो नहीं छड्डांगा, 5 किलो खरबूजे अपने घर सुट दे मेरे। ओ नहीं, ओ ते और नसीबां दे एडे हौले हुंदे ने, घर जाके पता लगदा सारे फिक्के निकले। ओ बाद दी गल, फनकार लग नहीं रहा, पढ़े लिखे घर दा मस्त लग रहे। और वेखो मैनूं जिहड़ा लैण आया, ओ वी मेरे नाल कैसे लग रहे है, लगदा नहीं जिनकी वजह से कुछ ना कुछ रौनक लगी रहे, या किसी की रोजी लग जाए, वाह किसी का रिज़्क लग जाए। कई ऐसे बदकिस्मत लोग आते हैं जो अगले ने भी लै पैंदे ने, दूसरे ने भी लै पैंदे। मरे बकरे दा सौदा कर रहे की देना ही, बंदे खल ला रहे होंगे। बड़ा हुसन सी, अच्छा हुसन नू नैब पै गई है, नैब पई है, घरदियां नू अपनी पै गई है। शक्ल बंदा जो मिलता गुआचिया मिलता यार, घर से छड़ के आओ। गल तेरे बनती मेरे मुंह तो पढ़िया लिखा समझदार आदमी है, इधर कमें तो मानने पढ़िया लिखा अनपढ़ आदमी। एहो जे बंदे खोते कोल खलो के कहन दे हुंदे दोस्तां, ਇਹੋ ਜਿਹੇ ਮੇਰੇ ਦਾਦਾ ਜੀ ਕੋਲ 3-4 ਹੁੰਦੇ ਸਨ। ਮਾਨੂ ਸਾਹਿਬ, ਅਸੀਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਆਫਤਾਬ ਇਕਬਾਲ ਸਾਹਿਬ ਜਿਹੜੇ ਨੇ, ਉਹ ਇਤਨੇ ਇੱਕ ਬਾ ਬਰਕਤ ਆਦਮੀ, ਉਹਨਾਂ ਜਿਹਨੂੰ ਡਾਂਟਿਆ ਉਹ ਵੀ ਬੰਦਾ ਮਸ਼ਹੂਰ ਹੋ ਗਿਆ। ਆਫਤਾਬ ਇਕਬਾਲ ਸਾਹਿਬ ਜੋ ਹੈ ਡਾਇਰੈਕਟਰ, ਬਹੁਤ ਅੱਛੇ ਜੀ ਜੀ, ਉਨਕਾ ਮਸਲਾ ਜੋ ਕੋਈ ਵੀ ਨਹੀਂ ਸਮਝਦਾ, ਬਾਤ ਹੁੰਦੀ ਹੈ ਵਾਚ ਕਰਨ ਦੀ ਜੀ ਜੀ। ਆਮ ਤੌਰ 'ਤੇ ਡਾਇਰੈਕਟਰ ਹਜ਼ਰਾਤ ਜੋ ਹੈ ਨਾ, ਉਹ ਖੜੇ ਹੋ ਕੇ ਡਾਇਰੈਕਸ਼ਨ ਕਰਦੇ ਹੈ ਜੀ, ਐਸੇ ਹੀ ਉਹ ਪਹਿਲਾ ਡਾਇਰੈਕਟਰ ਜਿਹੜਾ ਬੈਠਾ ਵੀ ਰਹਿੰਦਾ, ਆਪਣਾ ਵੀ ਕੰਮ ਕਰਦਾ और डायरेक्शन भी देता है। वो इसलिए लगता है कि बंदा बड़ा गुस्से वाला है। वाह, क्या ज्यादती करता है, ऐसी कोई बात नहीं है, डायरेक्शन कर रहा होता है बैठ के, वो खड़ा होके करे तो कभी भी गुस्सा ना लगे। वाह, बहुत अच्छी गल कर रहे हो, क्या बात, समझी मेरी गल। अगर है कि बा बरकत के बाद उन्हें जो मर्जी कह लो, वो बुरा नहीं मनाते, क्या बात। वो चाहते हैं कि प्रोग्राम अच्छा हो, वो प्रोग्राम पे बड़ी मेहनत करता है, जिसका नाम आफताब इकबाल है जी जी, ऐसे ही पिंडो आया बंदा ना, फिक्र चुंदा है कि मैं शाम पैनी मैं घर भी जाना है। लाहौर के बंदे हैं जी, पार्टी अंदर वड़ गया, लुहारी वड़ गया, अंदरों अंदर अंदरों अंदर घर, लाहौर का बंदा किसी दरवाजे के अंदर वड़ जो समझना मैं घर चला गया, भावे 1.5 मील का सफर हो, अगर वो अपना मस्ती गेट के अंदर वड़ गया ना, तो समझ दिया कि मैं शाल भी निकल जाना हूँ अंदरों अंदर ही। पिंड चंगा भला फनकार लगता सौदा बेचण, अच्छे शौकी परौने वर्गे बंदे तुसीं ਵੇਖੋ, ਇੱਕ ਮਰਲੇ ਦਾ ਗਾਹਕ ਹੁੰਦਾ ਇਹੋ ਜਿਹਾ। ਔਰ ਅਸੀਂ ਡੀਲਰ ਦੀ ਦੁਕਾਨ 'ਤੇ ਆਏ ਪਏ ਨੇ, ਮੈਨੂੰ ਇੱਕ ਚਾਹੀਦਾ ਇੱਕ ਮਰਲਾ, ਉਹਨੇ ਕਹਿੰਦਾ ਪੈਸੇ ਸਾਡੇ ਕੋਲ 3 ਮਰਲੇ ਹੁੰਦੇ ਨੇ, ਬੈਠੋ ਤਾਂ ਸਹੀ, 5 ਮਰਲੇ ਹੁੰਦੇ ਨੇ, 4 ਮਰਲੇ ਨਹੀਂ, 1 ਮਰਲਾ ਚਾਹੀਦਾ। ਅੱਲਾ ਨਾ ਕਰੇ ਬੰਦਾ ਪੁੱਛੇ ਤੂੰ ਕਬਰ ਵੱਲੀ ਜਾਂ ਜਗ੍ਹਾ ਲੱਭਣ ਲਈ। ਔਰ ਅਮਾਨ ਸਾਹਿਬ ਦੀ ਗੌਰ ਨਾਲ ਸ਼ਕਲ ਵੇਖੋ, ਲੱਗਦਾ ਨਹੀਂ ਜਿਵੇਂ ਗੁੱਡੀ ਗੁੱਡੇ ਦਾ ਸਹੁਰਾ ਹੈ। ਇਹ ਤਾਂ ਗੱਲ ਹੈ, ਮੈਂ ਟੋਰਨੀ ਨਹੀਂ ਹੁਣ, ਜੋ ਮਰਜ਼ੀ ਹੋ ਜਾਵੇ।
ਖਾਨ ਸਾਹਿਬ ਦੀ ਚੱਕਲ ਦੇਖੋ, ਇਹੋ ਜਿਹੇ ਬੰਦੇ ਇੱਟ ਲੈ ਕੇ ਮਾਲ ਤੇ ਫਿਰ ਰਹੇ ਹੋਣੇ, ਪੁੱਛੀਏ ਖੈਰ ਉਹ ਯਾਰ ਮਕਾਨ ਵੇਚਣਾ ਸੈਂਪਲ ਲੈ ਕੇ ਫਿਰ ਰਹੇ ਆ ਮਾਲ ਤੇ ਕਾਹਦਾ ਸੈਂਪਲ, ਉੱਥੇ ਕੋਈ ਭੱਠਾ ਹੁੰਦਾ ਜਾਂ ਕੋਈ ਇੱਟਾਂ ਦੀ ਦੁਕਾਨ ਨੇ ਉੱਥੇ ਜਾਂ ਕੋਈ ਸਰੀਆ ਵੇਚਣ ਲਿਆ ਉੱਥੇ ਮਾਲ ਉਹ ਸਾਫ਼ ਸੁਥਰੀ ਜਗ੍ਹਾ ਅਰੇ ਤੁਹਾਨੂੰ ਉੱਥੇ ਕੌਣ ਵੜਨ ਦਿੰਦਾ ਐਡੀ ਸਾਫ਼ ਸੁਥਰੀ ਜਗ੍ਹਾ ਬੰਦਾ ਹੈਗਾ ਹੀ ਤੁਹਾਨੂੰ ਦੱਸਾਂਗਾ ਉਹ ਨਜ਼ਰਾਨਾ ਲੈਂਦਾ 500 ਰੁਪਇਆ ਉਹਦੇ ਉੱਤੇ 786-351-62 ਲੈਂਦਾ ਤੇ ਕਹਿੰਦਾ ਅੰਦਰ ਵੜ ਜਾਓ ਅਰੇ ਅਰੇ ਕਿਆ ਬਾਤ ਬੈਠੇ ਲੱਗ ਰਿਹਾ ਜਿਵੇਂ ਖਜ਼ਾਨੇ ਤੇ ਸਭ ਬੈਠਾ ਛਾਪੜੀ ਅੰਗਰੇਜ਼ ਫੇਰ ਅੰਗਰੇਜ਼ ਨੀ ਹੁੰਦਾ ਖਮਾ ਨਾ ਪੱਲ ਲਓ ਲੱਗਦਾ ਪੰਜਾਬ ਚ ਰਹਿ ਗਿਆ ਸੀ ਜੀਓ ਵਾਰ ਚ ਨਾ ਕੋਠੀਆਂ ਨੇ ਉਹਨਾਂ ਦਾ ਅੰਗਰੇਜ਼ ਰਾਲਾ ਚੰਦ ਸਾਹਿਬ ਜ਼ੁਲਫਕਾਰ ਬਾਬਰ ਸਾਹਿਬ ਇਹ ਅੱਜ ਦੇ ਫਨਕਾਰ ਨੇ ਤੁਸੀਂ ਤੇ ਮਾਸ਼ਾਅੱਲਾ ਜਗਤ ਉਸਤਾਦ ਹੋ ਖਾਨ ਸਾਹਿਬ ਵੱਡੇ ਲੋਕ ਹਾਏ ਬੜੇ ਅੱਛੇ ਨੇ ਮੈਂ ਇਹਨਾਂ ਦਾ ਕੰਮ ਦੇਖਿਆ ਬੜਾ ਡਰਾਮਾ ਦੇਖਿਆ ਜ਼ੁਲਫਕਾਰ ਸਾਹਿਬ ਦਾ ਨਰਾਲਾ ਚੰਦ ਸਾਹਿਬ ਦਾ ਕੰਮ ਤੁਸੀਂ ਦੇਖਿਆ ਜੀ ਖਾਨ ਸਾਹਿਬ ਨਰਾਲਾ ਚੰਦ ਸਾਹਿਬ ਨੂੰ ਮੈਂ ਬਚਪਨ ਤੋਂ ਦੇਖ ਰਿਹਾ ਪਹਿਲੇ ਬੱਚਿਆਂ ਨੂੰ ਸਾਈਕਲਾਂ ਨੂੰ ਧੱਕੇ ਲਾਉਂਦੇ ਸਨ ਖੇਡ ਖੇਡ ਕੇ ਵੱਡੇ ਹੋਏ ਨੇ ਇਸ ਤਰ੍ਹਾਂ ਹੁਣ ਆਪ ਧੱਕੇ ਖਾਂਦੇ ਫਿਰਦੇ ਨੇ ਕਿਹੜੀ ਬੁਰੀ ਗੱਲ ਹੈ ਪੈਦਲ ਫਿਰਦਾ ਸੀ ਅਮਾਨ ਸਾਹਿਬ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਔਰ ਸਾਡੀ ਖੁਸ਼ਕਿਸਮਤੀ ਵੇਖਣ ਵਾਲਿਆਂ ਦੀ ਖੁਸ਼ਕਿਸਮਤੀ ਕਿ ਅਸੀਂ ਤੁਹਾਡੇ ਨਾਲ ਬੈਠੇ ਹਾਂ ਔਰ ਲੋਕ ਤੁਹਾਨੂੰ ਦੇਖ ਰਹੇ ਨੇ ਔਰ ਤੁਹਾਡੀ ਤੰਦਰੁਸਤੀ ਅੱਲਾ ਤੁਹਾਨੂੰ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ ਤੁਹਾਡੇ ਨਾਲ ਬੜੀਆਂ ਬੁਖਾਰਾਂ ਨੇ ਆਮੀਨ ਔਰ ਜਿਹੜੇ ਖਾਸ ਸਾਹਿਬ ਆਉਣ ਵਾਲੇ ਨਵੇਂ ਫਨਕਾਰ ਨੇ ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਔਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਫਜ਼ੂਲ ਗੱਲਾਂ ਦੇ ਵਕਤ ਨਾ ਜ਼ਾਇਆ ਕਰੋ ਅੱਛਾ ਰਾਈਟਰ ਲਵੋ ਅੱਛਾ ਡਾਇਰੈਕਟਰ ਲਵੋ ਵਾਹ ਅਤੇ ਪ੍ਰੋਡਿਊਸਰ ਤੁਹਾਡੇ ਕੋਲ ਬੜੇ ਬੜੇ ਅੱਛੇ ਨੇ ਜਿਹੜੇ ਇਨਵੈਸਟਰ ਨੇ ਪੈਸਾ ਲਾਉਣਾ ਚਾਹੁੰਦੇ ਨੇ ਜੀ ਨਾਜ਼ਰੀਨ ਤੁਸੀਂ ਦੇਖਿਆ ਅੱਜ ਅਸੀਂ ਅਮਾਨੁੱਲਾ ਸਾਹਿਬ ਦੇ ਨਾਲ ਗੱਲ ਕਰ ਰਹੇ ਸਾਂ ਅਮਾਨੁੱਲਾ ਸਾਹਿਬ ਜਿਹੜੇ ਨੇ ਉਹ ਇੱਕ ਕਾਮੇਡੀ ਦੀ ਕਿਤਾਬ ਨੇ ਇੱਕ ਬੜੀ ਵੱਡੀ ਯੂਨੀਵਰਸਿਟੀ ਹੈ ਆਉਣ ਵਾਲੇ ਫਨਕਾਰ ਅਗਰ ਇਹਨਾਂ ਨੂੰ ਪੜ੍ਹ ਲੈਣੀ ਹੈ ਸਿੱਖ ਲੈਣ ਅਤੇ ਯਕੀਨਨ ਉਹ ਗੰਦਾ ਕੰਮ ਨਹੀਂ ਕਰਨਗੇ ਉਹ ਕੰਮ ਕਰਨਗੇ ਜਿਹੜਾ ਮਾਵਾਂ ਧੀਆਂ ਔਰ ਫੈਮਿਲੀਜ਼ ਬੈਠ ਕੇ ਵੇਖ ਸਕਦੀ ਹੈ ਖਾਨ ਸਾਹਿਬ ਦੇ ਬਾਰੇ ਸਾਡੇ ਕੋਲ ਅਲਫਾਜ਼ ਨਹੀਂ ਹੈਗੇ ਇਹਨਾਂ ਦੇ ਸਾਹਮਣੇ ਬੜੇ ਬੜੇ ਫਨਕਾਰਾਂ ਦੇ ਸਾਹ ਰੁਕ ਜਾਂਦੇ ਨੇ ਇਹਨਾਂ ਦੇ ਸਾਹਮਣੇ ਕਾਮੇਡੀ ਹੋ ਹੀ ਨਹੀਂ ਸਕਦੀ ਕਿਉਂਕਿ ਸਾਰਾ ਕੰਮ ਹੀ ਇਹਨਾਂ ਦਾ ਅਤੇ ਨਾਜ਼ਰੀਨ ਮੈਂ ਇਹਨਾਂ ਦੇ ਬਾਰੇ ਇਹੀ ਕਹਾਂਗਾ ਕਿ ਘਰ ਘਰ ਜੰਮਦੀਆਂ ਚਿੜੀਆਂ ਅਤੇ ਘਰ ਘਰ ਜੰਮਦੇ ਕਾਂ ਵਿਰਲੇ ਘਰਾਂ 'ਚ ਜੰਮਦੇ ਨੇ ਹੰਸ ਜਿਨ੍ਹਾਂ ਦਾ ਨਾਂ ਹੱਸਦੇ ਰਹੋ ਮੁਸਕਰਾਉਂਦੇ ਰਹੋ ਸਲਾਮਤ ਰਹੋ ਅਤੇ ਵੇਖਦੇ ਰਹੋ ਸ਼ੌਕੀ ਪਰਾਉਣਾ